ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀ ਅਕਾਲੀ ਦਲ ਨੂੰ ਕਾਂਗਰਸ ਦੀ ਬੀ ਟੀਮ ਆਖਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਮੀਟਿੰਗ ਕਰਨ ਦਾ ਦੋਸ਼ ਲਾਏ ਜਾਣ 'ਤੇ ਤਿੱਖਾ ਪਿੱਤਣ ਕਰਦਿਆਂ ਕਿਹਾ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਹੋ ਕੇ ਇਹ ਕਹਿਣ ਨੂੰ ਤਿਆਰ ਹਾਂ ਕਿ ਮੇਰੀ ਜਾਂ ਮੇਰੇ ਪਰਿਵਾਰ ਦੇ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਾਂਝ ਨਹੀਂ ਅਤੇ ਨਾ ਹੀ ਕਦੀ ਕੋਈ ਮੀਟਿੰਗ ਕੀਤੀ ਹੈ। ਜੇਕਰ ਸੁਖਬੀਰ ਬਾਦਲ ਸੱਚਾ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਆਖੇ ਕਿ ਉਸ ਦੀ ਵਿਧਾਨ ਸਭਾ 2017 ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਡੀਲ ਨਹੀਂ ਹੋਈ ਸੀ, ਉਸ ਦੀ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਾਂਝ ਨਹੀਂ ਹੈ। ਇਹ ਵੀ ਆਖੇ ਕਿ ਉਸ ਦੀ ਡੇਰਾਮੁਖੀ ਨਾਲ ਵੋਟਾਂ ਨੂੰ ਲੈ ਕੇ ਕਦੀ ਕੋਈ ਡੀਲ ਨਹੀਂ ਹੋਈ ਸੀ। ਬ੍ਰਹਮਪੁਰਾ ਨੇ ਕਿਹਾ, ਇਹ ਵੀ ਖੁਲਾਸਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਖੁਦ ਦੱਸਿਆ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਲੰਬੀ ਅਤੇ ਰਮਨਜੀਤ ਬਿੱਟੂ ਜਲਾਲਾਬਾਦ ਆਸਣ ਤੋਂ ਚੋਣ ਨਾ ਲੜਦੇ ਤਾਂ ਆਪਣੀਆਂ ਦੋਵੇਂ ਸੀਟਾਂ ਹਾਰ ਜਾਣੀਆਂ ਸੀ, ਪਰ ਮੈਂ ਬਾਦਲ ਸਾਹਿਬ ਕੋਲ ਇਸ ਗੱਲ ਦਾ ਵਿਰੋਧ ਕੀਤਾ ਸੀ। ਉਹਨਾਂ ਆਖਿਆ ਕਿ ਸੁਖਬੀਰ ਬਾਦਲ ਕੋਲ ਪੰਜਾਬ ਦੇ ਲੋਕਾਂ ਨੂੰ ਹੁਣ ਮੂਰਖ ਬਣਾਉਣ ਲਈ ਜਾਂ ਗੁੰਮਰਾਹ ਕਰਨ ਲਈ ਕੋਈ ਵੀ ਮੁੱਦਾ ਨਹੀਂ ਬਚਿਆ, ਇਸ ਲਈ ਝੂਠੀਆਂ ਅਤੇ ਮਨਗਤ ਕਹਾਣੀਆਂ ਪੰਜਾਬ ਦੇ ਲੋਕਾਂ ਨੂੰ ਸੁਣਾ ਰਿਹਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਕੀ ਕਾਰਨ ਹੈ ਕਿ 10 ਸਾਲ ਪੰਜਾਬ ਨੂੰ ਲੁੱਟਣ ਵਾਲੇ ਪਰਿਵਾਰ ਕੋਲੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਵੀ ਪੁੱਛਗਿੱਛ ਕਰਨੀ ਮੁਨਾਸਬ ਨਾ ਸਮਝੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਦੇ ਦਰਜ ਕੇਸ ਵਾਪਸ ਲੈ ਲਏ ਸਨ। ਉਹਨਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸਰਕਾਰ ਦੇ 40 ਤੋਂ ਵੱਧ ਵਿਧਾਇਕਾਂ ਨੇ ਸੁਖਬੀਰ ਬਾਦਲ ਦੇ ਸਾਲੇ ਵਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਦੇ ਦੋਸ਼ਾਂ ਤਹਿਤ ਬਣਦੀ ਕਾਨੂੰਨਬਾਜ਼ੀ ਕਰਨ ਲਈ ਲਿਖ ਕੇ ਦੇਣ ਦੇ ਬਾਵਜੂਦ ਵੀ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ। ਸੁਖਬੀਰ ਬਾਦਲ ਨੇ ਵਿਕਰਮ ਮਜੀਠੀਆ ਤੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕਦੀ ਵੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਅਤੇ ਇਸ ਤੋਂ ਸਪੱਸ਼ਟ ਹੁੰਦਾ ਕਿ ਦੋਵੇਂ ਪਰ ਆਪਸ ਵਿੱਚ ਇੱਕ ਮੁੱਖ ਹਨ। ਬ੍ਰਹਮਪੁਰਾ ਨੇ ਸਿੰਘ ਬਾਦਲ ਨੂੰ ਇਹਨਾਂ ਸਵਾਲਾਂ ਨੂੰ ਲੈ ਕੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਮੀਡੀਆ ਸਾਹਮਣੇ ਸੁਖਬੀਰ ਬਾਦਲ ਨਾਲ ਬਹਿਸ ਕਰਨ ਨੂੰ ਤਿਆਰ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਪੁਰਾ ਲੋਕਾਂ ਨੂੰ ਹੋਰ ਜ਼ਿਆਦਾ ਗੁੰਮਰਾਹ ਨਾ ਕਰਨ। ਉਹਨਾਂ ਕਿਹਾ ਕਿ ਦੋਵੇਂ ਪਰਿਵਾਰ ਇੱਕ ਦੂਜੇ ਦੇ ਸਮਾਗਮਾਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਕਾਂਗਰਸ ਹੀ ਸਾਨੂੰ ਕਹਿੰਦੇ ਹਨ। ਉਹਨਾਂ ਕਿਹਾ ਕਿ ਅਸਲ ਵਿੱਚ ਅਜਿਹੀ ਬਿਆਨਬਾਜ਼ੀ ਸੁਖਬੀਰ ਦੀ ਬੁਖਲਾਹਟ ਦਾ ਸਬੂਤ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਸੁਖਬੀਰ ਜਾਂ ਕੈਪਟਨ ਕਰਕੇ ਪਿੰਡਾਂ ਵਿੱਚ ਧੜੇਬਾਜ਼ੀ ਨਾ ਬਣਾਉਣ ਅਤੇ ਨਾ ਲੜਨ, ਸਗੋਂ ਆਪਸੀ ਭਾਈਚਾਰਾ ਸਾਂਝਾ ਬਣਾ ਕੇ ਰੱਖਣ। ਉਹਨਾਂ ਸੁਖਬੀਰ ਬਾਦਲ ਨੂੰ ਕੀਤੀਆਂ ਜਾ ਰਹੀਆਂ ਵਰਕ ਮੀਟਿੰਗਾਂ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਅੱਜ ਜਦੋਂ ਸੁਖਬੀਰ ਬਾਦਲ ਕੋਲ ਕੁਰਸੀ ਚਲੀ ਗਈ ਹੈ ਤਾਂ ਉਸ ਨੂੰ ਵਰਕਰ ਚੇਤੇ ਆ ਗਿਆ। 10 ਸਾਲ ਇਹ ਵਰਕਰ ਸੁਖਬੀਰ ਨੂੰ ਕਿਉਂ ਨਹੀਂ ਦਿਸੇ। ਸੱਤਾ ਦੇ ਨਸ਼ੇ ਵਿੱਚ ਜਦ ਸੁਖਬੀਰ ਉਪ ਮੁੱਖ ਮੰਤਰੀ ਸੀ ਤਾਂ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਨਹੀਂ ਸੀ ਮਿਲਦਾ ਅਤੇ ਅੱਜ ਇਹ ਵਰਕਰ ਉਹਦਾ ਸਾਥ ਕਿਉਂ ਦੇਣ। ਉਹਨਾਂ ਪਾਰਟੀ ਵਰਕਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸੁਖਬੀਰ ਨਾਲ ਵਰਗੀ ਬਸਰੀ ਪਟੇਲ ਤੋਂ ਸਾਵਧਾਨ ਰਹਿਣ। ਸ਼੍ਰੀ ਬ੍ਰਹਮਪੁਰੀ ਮਰਮਾਤ ਗੱਲ ਸੁਣਨ ਵਾਲੀ ਬਹੁਤ ਜ਼ਰੂਰੀ। ਸ਼੍ਰੀ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਨ ਮਰਜ਼ਾਦਾ ਨੂੰ ਭਾਰੀ ਠੇਸ ਪਹੁੰਚਾਉਣ ਵਾਲੇ ਸ਼੍ਰੋਮਣੀ ਕਮੇਟੀ ਦੀ ਕਾਰਜ ਕਰਨੀ ਨੂੰ ਰਾਸੀ ਕਰਨ ਵਾਲੇ, ਪਖੰਡੀ ਸਾਧ ਨੂੰ ਬਿਨਾਂ ਮੰਗਿਆਂ ਮਾਫ਼ੀ ਦੇਣ ਵਾਲੇ, ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਗੁਰਸਿੱਖਾਂ 'ਤੇ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਅਤੇ ਦਰਜਨਾਂ ਸਿੰਘਾਂ ਨੂੰ ਜ਼ਖਮੀ ਕਰਨ ਵਾਲੇ, ਸੱਤਾ ਸਮੇਂ ਭਾਰੀ ਲੁੱਟ ਕਸੁੱਟ ਕਰਨ ਵਾਲੇ,
ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕ ਮੂੰਹ ਨਾ ਲਾਉਣ। ਕਰੇ ਤੁਹਾਨੂੰ ਨਾਲੇ ਪਤਾ ਲੱਗ ਜੂਗਾ, ਕਦੀ ਕਰ ਹੀ ਨਹੀਂ ਸਕਦਾ। ਉਹ ਪਿਓ ਦਾ ਪੋਤਾ ਤਾਂ ਕਰੇ ਖੁਲਾਸਾ। ਜਿਹੜੇ ਪਾਪੀ ਹੁੰਦੇ ਆ ਨਾ, ਇਹਨਾਂ ਦੇ ਪੱਲੇ ਨਹੀਂ ਕੱਖ ਵੀ ਹੁੰਦਾ, ਗੁਮਰਾਹ ਕਰਦੇ ਲੋਕਾਂ ਨੂੰ ਬ੍ਰਹਮਪੁਰੇ ਦੇ। ਅਸੀਂ ਜੜਾਂ ਦੇ ਵਿੱਚ ਜੜਾਂ ਚ ਤੇਲ ਦੇਣ ਵਾਲੇ, ਇਸ ਕਰਕੇ ਨੀ, ਇਸ ਕਰਕੇ ਪਹਿਲਾਂ ਕਦੀ ਨੀ ਕਿਹਾ। ਅਕਾਲੀ ਦਲ ਸਾਡਾ ਹੀ ਆਊਗਾ, ਖਤਮ ਹੋ ਜਾਣਗੇ। ਤੰਗੀ ਉਹਨਾਂ ਨੂੰ ਸਾਡੇ ਨਾਲ ਹੀ ਹੈ, ਕਾਂਗਰਸ ਨਾਲ ਨਹੀਂ। ਤੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਵੀ ਇਹ ਤੇ ਵੇਖੋ ਪਾਉਂਦਾ ਤੇ ਸੱਚਾ ਤੇ ਜੇ ਵਿਚਾਰਾ ਬੋਲਦਾ ਹੀ ਨਹੀਂ, ਉਹਨੂੰ ਬੋਲਣਾ ਹੀ ਨਹੀਂ ਆਉਂਦਾ। ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨੇ, ਨਾ ਕਿ ਕਿਸੇ ਹੋਰ ਟਕਸਾਲੀ ਜਾਂ ਕਿਸੇ ਹੋਰ ਅਕਾਲੀ ਦਲ ਦੇ। ਦੇਖੋ ਜੀ, ਜਦੋਂ ਅਸੀਂ ਆਪਣੀ ਪਾਰਟੀ ਦਾ ਗਠਨ ਕੀਤਾ ਸੀ ਤਾਂ ਮੈਂ ਆਪਣੇ ਹਲਕੇ ਦੇ ਵਿੱਚ, ਮੈਂ ਆਪਣੇ ਹਲਕੇ ਦੀ ਗੱਲ ਕਰਦਾ, ਇਹ ਫਿਰ ਆਪਣੇ ਹਲਕੇ ਦੀ ਕਰ ਲੈਣਗੇ, ਕਿ ਅਸੀਂ ਲੋਕਾਂ ਨੂੰ ਨਹੀਂ ਸੀ ਇਹ ਦੱਸਿਆ ਵੀ ਅਸੀਂ ਆਹ ਜਿਹੜਾ ਛੇਤੀ ਛੇਤੀ ਜਿਹੜਾ ਵਾ ਦੌੜ ਵਿਛੋੜਾ ਕਰ ਰਹੇ ਹਾਂ। ਅਤੇ ਮੈਂ ਪਹਿਲਾਂ ਮੀਟਿੰਗ ਰੱਖੀ ਸੀ ਚੋਲਾ ਸਾਹਿਬ ਵਰਕਰਾਂ ਦੀ ਮੀਟਿੰਗ, ਅਤੇ ਇਹ ਸਾਰਾ ਭਣਵਈਆ ਇੱਥੇ 3 ਦਿਨ ਹੋਟਲ ਦੇ ਵਿੱਚ ਆਣ ਕੇ ਬੈਠੇ ਹੋਇਆ। ਅਤੇ ਸਾਡੇ ਹਲਕੇ ਦੇ ਵਿੱਚ ਇੱਕ ਬੰਦੇ ਨੂੰ ਇਹਨਾਂ ਨੇ ਅਪਰੋਚ ਕੀਤਾ ਵੀ ਤੁਸੀਂ ਉਹ ਮੀਟਿੰਗ 'ਚ ਨਾ ਜਾਓ। ਕਾਨਫਰੰਸ ਨਹੀਂ ਸੀ, ਰੈਲੀ ਨਹੀਂ ਸੀ, ਪਰ ਉਹ ਮੀਟਿੰਗ ਦੇ ਵਿੱਚ 20,000 ਬੰਦੇ ਤੁਸੀਂ ਉੱਥੇ ਗਏ ਆ, 20,000 ਦੇ ਲਗਭਗ ਉੱਥੇ ਆਦਮੀ ਜਿਹੜਾ ਹੋਈ ਮੀਟਿੰਗ 'ਤੇ ਇਕੱਠਾ ਹੋਇਆ ਸੀਗਾ, ਇਹ ਉਦੋਂ ਰੋਕ ਨਹੀਂ ਸਕੇ। ਅਤੇ ਹੁਣ ਉਹ ਦਿਨ ਇਹਨਾਂ ਨੇ ਉੱਥੇ ਆਪਣੇ ਪੈਲਸ ਦੇ ਵਿੱਚ ਕੋਈ ਬੰਦਿਆਂ ਨੂੰ ਇਕੱਠਿਆਂ ਕੀਤਾ ਵਾ, ਇਹ ਤਾਂ ਫਿਰ ਰਿਜੈਕਟ ਦੱਸੂਗਾ। ਹੁਣ ਅਸੀਂ ਵੀ ਇਕੱਠੇ ਕਰਾਂਗੇ, ਤੁਹਾਨੂੰ ਸੱਦਾਂਗੇ, ਇਹ ਪਤਾ ਲੱਗੂਗਾ ਵੀ ਉਹਨਾਂ ਨਾਲ ਕਿੰਨੇ ਆ ਅਤੇ ਸਾਡੇ ਨਾਲ ਕਿੰਨੇ। ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਠ ਹੋਇਆ ਸੀ, ਇੰਨਾ ਇਕੱਠ ਕੋਈ ਇੱਕ ਬੰਦਾ ਕਰ ਸਕਦਾ? ਅਸੀਂ ਕੀਤਾ, ਲੋਕ ਆਪ ਮੁਹਾਰੇ ਆਏ ਆ, ਆਪ ਮੁਹਾਰੇ ਆ ਕੇ ਲੋਕ ਆਏ ਆ। ਹੁਣ ਆਉਣ ਵਾਲਾ ਸਮਾਂ ਦੱਸੋ, ਕੋਈ ਅਸੀਂ ਕੱਢੇ ਨਹੀਂ, ਸਭ ਪੰਜਾਬ ਦੇ ਜਿਹੜੇ ਲੋਕ ਆ ਜਿਹੜੇ ਇਹਨਾਂ ਦੋਵਾਂ ਪਾਰਟੀਆਂ ਦੇ ਖਿਲਾਫ਼ ਆ, ਉਹ ਲੋਕ ਅੱਜ ਇਕੱਠੇ ਹੋਣਾ ਚਾਹੁੰਦੇ ਆ। ਲੋਕ ਪਾਰਟੀਆਂ ਨੂੰ ਕਹਿੰਦੇ ਇਕੱਠੇ ਹੋ ਅਤੇ ਅਸੀਂ ਤੁਹਾਡੇ ਨਾਲ ਆਵਾਂਗੇ, ਤੁਹਾਡੀ ਵੋਟਾਂ ਪਾਵਾਂਗੇ। ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਨਾਲ ਕੀ ਕੁਛ ਰਣਨੀਤੀ ਰਹੇਗੀ, ਕਿਉਂਕਿ ਭਗਵੰਤ ਮਾਨ ਤੁਹਾਨੂੰ ਮਿਲ ਕੇ ਵੀ ਗਏ ਨੇ? ਮਿਲ ਕੇ ਵੀ ਗਏ ਆ, ਕੱਲ੍ਹ ਉਹਨਾਂ ਦਾ ਟੈਲੀਫੋਨ ਵੀ ਸਵੇਰੇ ਆਇਆ ਸੀਗਾ, ਅਸੀਂ ਬਠਿੰਡੇ ਨੂੰ ਜਾਣ ਆਇਆ ਅਤੇ ਮੈਂ ਤਾਂ ਨਹੀਂ ਸੁਣਿਆ, ਪਰ ਉਹ ਮੈਂ ਬਾਹਰ ਸਾਂ ਕਿਤੇ ਥੋੜ੍ਹਾ ਜਿਹਾ, ਅਤੇ ਕਾਕੇ ਨੇ ਸੁਣਿਆ ਸੀ। ਇਹਨਾਂ ਨੇ ਫਿਰ ਕਿਹਾ ਵੀ ਤੁਹਾਨੂੰ ਮੁੜ ਕੇ ਫਿਰ ਗੱਲ ਕਰਾਉਂਦੇ ਹਾਂ, ਅਤੇ ਉਹਨੇ ਫਿਰ ਕਿਹਾ ਮੁੜ ਕੇ ਕਰਾਇਆ, ਅਤੇ ਫਿਰ ਮੁੜ ਕੇ ਮੈਨੂੰ ਟਾਈਮ ਨਹੀਂ ਮਿਲਿਆ, ਮੇਰੀ ਉਹਦੇ ਨਾਲ ਗੱਲ ਨਹੀਂ ਹੋਈ। ਅੱਜ ਸ਼ਾਮ ਤੋਂ ਪਹਿਲਾਂ ਫਿਰ ਮੈਂ ਉਹਦੇ ਨਾਲ ਗੱਲ ਕਰੂੰਗਾ। ਵੇਖੋ, ਸੁਖਪਾਲ ਖਹਿਰਾ ਤਾਂ ਵੈਲਕਮ ਕਰ ਦਿੱਤਾ ਉਹਨੇ, ਤਾਂ ਅਖਬਾਰਾਂ 'ਚ ਵੀ ਕਰਤਾ ਉਹਨੇ, ਤਾਂ ਵੱਡੀ ਫਰਾਕ ਦੇ ਲਈ ਉਠਾਈ, ਉਹਨੇ ਕਿਹਾ ਮੈਨੂੰ ਕੋਈ ਨਹੀਂ, ਜੇ ਗਿਲਾ ਵੀ ਆ ਤਾਂ ਮੈਂ ਛੱਡਤਾ। ਪਰ ਲੋਕ ਹਿੱਤ ਦੀ ਗੱਲ ਆ, ਪੰਜਾਬ ਦੀ ਗੱਲ ਆ, ਵੱਡਾ ਦਿਲ ਕਰਕੇ ਉਹਨੇ ਕਿਹਾ ਕਿ ਜੇ ਆਪ ਵਾਲਿਆ ਨਾ ਬ੍ਰਹਮਪੁਰਾ ਸਾਹਿਬ ਤੁਹਾਡਾ ਕੋਈ ਹੁੰਦਾ ਹੋਵੇ ਤਾਂ ਮੈਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ, ਫਿਰ ਪਤਾ ਲੱਗੂਗਾ ਵੀ ਕੀ ਗਾੜੀ ਕੀ ਚੱਲਦਾ। ਉਦਣ 18 ਤਰੀਕ ਦੀ ਜਿਹੜੀ ਮੀਟਿੰਗ ਸੀ, ਉਹ ਕਿੰਨੀ ਤਰੀਕ ਸੀ ਉਦਣ? 18 ਤਾਂ ਨਹੀਂ, 22 ਤਰੀਕ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਸੀਂ 3 ਜਣੇ, ਸੇਵਾ ਸਿੰਘ ਛੇਕਵਾਂ, ਮਨਮੋਹਨ ਸਿੰਘ, ਮੈਂ, ਡਾਕਟਰ ਸਾਹਿਬ, ਸਾਰੇ 4-5 ਜਣੇ ਸਨ, ਅਸੀਂ ਸਾਰੇ ਉੱਥੇ ਗਏ ਸਾਂ। ਬਹੁਜਨ ਸਮਾਜ ਪਾਰਟੀ ਵਾਲੇ ਵੀ, ਪ੍ਰਧਾਨ ਸਾਹਿਬ ਉਹਨਾਂ ਦੇ ਆਏ ਸੀ, ਨਾਲ ਉਹਨਾਂ ਦੇ ਸਾਥੀ ਵੀ ਆਏ ਸੀ, ਇਹ ਬੈਂਸ ਬ੍ਰਦਰ ਵੀ ਉੱਥੇ ਸੀ, ਇਸੇ ਤਰ੍ਹਾਂ ਜਿਹੜਾ ਖਹਿਰਾ ਸਾਹਿਬ ਆ ਉਹਦੇ ਬੰਦੇ ਵੀ ਉੱਥੇ ਸੀ। ਸਾਰਿਆਂ ਨੇ ਇਸ ਗੱਲ ਦੇ ਉੱਤੇ ਫੁੱਲ ਚੜਾਏ ਆ ਕਿ ਆਪਾਂ ਨੂੰ ਇਕੱਠਿਆਂ ਹੋਇਆ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ, ਇਕੱਠੇ ਹੋਈਏ, ਅਤੇ ਸਾਰਿਆਂ ਨੇ ਜਕਾਰਾ ਛੱਡ ਕੇ ਇਹ ਗੱਲ ਕਹੀ ਆ ਕਿ ਆਪਾਂ ਇਕੱਠੇ ਹੋ ਗਏ ਹਾਂ। ਅਤੇ ਫਿਰ ਮੁੜ ਕੇ ਮੀਟਿੰਗ ਜਿਹੜੀ ਆ ਉਹ 9-5 ਦਿਨ ਰੱਖੀ ਆ, ਉਦਣ ਸੀਟਾਂ ਦੀ ਰੇਸਮੈਂਟ ਬਾਰੇ ਸਾਰਾ ਕੁਝ ਚੱਲਾਂਗੇ। ਪ੍ਰਧਾਨ ਮੰਤਰੀ ਨੂੰ ਦੇਖਣਾ ਚਾਹੁੰਦੇ ਹੋ?
ਪ੍ਰਧਾਨਮੰਤਰੀ ਜੀ ਨੂੰ ਲੋਕ ਦੇਖਣਾ ਚਾਹੁੰਦੇ ਪੰਜਾਬ ਹਿੰਦੁਸਤਾਨ, ਅਸੀਂ ਤਾਂ ਕੀ ਨਹੀਂ, ਅਸੀਂ ਤਾਂ ਕੋਈ, ਅਸੀਂ ਤਾਂ ਕੋਈ ਨਹੀਂ, ਇਹ ਜਿਹਨੂੰ ਹਿੰਦੁਸਤਾਨ ਦੇ ਲੋਕ ਪ੍ਰਧਾਨ ਮੰਤਰੀ ਵੇਖਣੀ ਚਾਹੁੰਦੇ ਇਹਨਾਂ ਨੇ ਬਣਾਉਣਾ, ਸਾਡੇ ਵੇਖਣ ਨਾਲ ਕੀ ਫਰਕ ਪੈਂਦਾ ਜੀ? ਪਰ ਕਿਆ ਹਰਿਆਣਾ ਦੇ ਵਿੱਚ ਵੀ ਤੁਸੀਂ ਆਪਣਾ ਕਰੋਗੇ, ਕਿਉਂਕਿ ਹਰਿਆਣਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹੈ, ਉੱਥੋਂ ਦੇ ਜਿਹੜੇ ਲੀਡਰਸ ਨੇ ਉਹਨਾਂ ਨਾਲ ਵੀ ਸੰਪਰਕ ਕਰੋਗੇ? ਉਹ ਤਾਂ ਜੀ ਐਵੇਂ ਮਾਫ਼ ਕਰਨਾ, ਮੈਂ ਕੁਝ ਕਹਿਣ ਨੂੰ ਪਤਾ ਇਹਦੇ 'ਤੇ ਕੀ ਕਹਿਣਾ, ਹਰਿਆਣਾ ਜੇ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਵਾ ਉਹ ਤਕੜਾ ਹੋਵੇ ਉਹ ਜ਼ਰੂਰੀ ਆ, ਫਿਰ ਹੀ ਹਰਿਆਣੇ ਦੇ ਵਿੱਚ ਸਾਨੂੰ ਕੋਈ ਪੁੱਛੂਗਾ। ਪੰਜਾਬ ਦੇ ਵਿੱਚ ਤਾਂ ਹੁਣ ਤੁਸੀਂ ਵੇਖ ਲਓ ਅਕਾਲੀ ਦਲ ਦੀ ਹਾਲਤ ਕੀ ਹੋਈ ਹੈ 2017 ਦੇ ਵਿੱਚ, ਅਤੇ ਇੱਥੇ ਕੰਮ ਕਰਨਾ ਚਾਹੀਦਾ ਵਾ। ਭਾਈ ਹਰਿਆਣੇ ਤੁਰੇ ਫਿਰੀਏ ਤੇ ਮੁੜ ਕੇ ਕਲਕੱਤੇ ਚਲ ਜਾਈਏ, ਬੰਬਈ ਚਲ ਜਾਈਏ, ਇਹਨਾਂ ਦਾ ਕੋਈ ਮੈਂ ਨਹੀਂ ਸਮਝਦਾ। ਉਹਨਾਂ ਦੇ ਜਿਹੜੇ ਉੱਥੇ ਹੈਗੇ ਆ ਸਿੱਖ ਹੈਗੇ ਆ ਪੰਥਕ ਸੋਚ ਵਾਲੇ, ਉਹਨਾਂ ਨੂੰ ਕੋਈ ਸੁਨੇਹਾ ਤੇ ਦੇਓਗੇ? ਨਹੀਂ ਨਹੀਂ, ਅਸੀਂ ਤਾਂ ਬਸ ਸੁਨੇਹਾ ਇਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ ਇਹ ਉਹੀ ਅਕਾਲੀ ਦਲ ਆ ਜਿਹਦੇ ਬਾਦਲ ਸਾਹਿਬ ਪ੍ਰਧਾਨ ਹੁੰਦੇ ਸੀ, ਪਰ ਉਹਨਾਂ ਨੇ ਇਹਦਾ ਸੱਤਿਆਨਾਸ਼ ਕਰਤਾ, ਇਸ ਅਕਾਲੀ ਦਲ ਦਾ ਬਹੁਤ ਭਾਰੀ ਨੁਕਸਾਨ ਕੀਤਾ ਵਾ। ਉਹਦਾ ਬਦਲ ਹੀ ਇਹ ਅਕਾਲੀ ਦਲ ਆ, ਤਕੜੇ ਹੋ ਕੇ ਇਹ ਜਿਹੜਾ ਬਦਲ ਅਕਾਲੀ ਦਲ ਆ, ਟਕਸਾਲੀ ਅਕਾਲੀ ਦਲ ਆ, ਇਹਦੇ ਹੱਥ ਮਜ਼ਬੂਤ ਕਰਨ। ਇਹ ਤਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ। ਕੱਲ੍ਹ ਅਸੀਂ ਉਹ ਇੱਥੇ ਸੀ, ਸਾਡੇ ਹਲਕਿਆਂ 'ਚ ਕੰਮ ਕਰਦਾ ਸੀ, ਅਤੇ ਅਸੀਂ ਕੱਲ੍ਹ ਬਠਿੰਡੇ ਗਏ ਸਾਂ, ਅਸੀਂ ਜਿਹੜੇ ਕੇਸਗੜ੍ਹ ਸਾਹਿਬ ਆਪਣੇ ਦੇ ਸਲਾਭ ਟੰਡੀ ਦੇ ਆਪਣੇ ਨੰਦਗੜ੍ਹ ਸਾਹਿਬ ਤੁਸੀਂ ਜਾਣਦੇ ਆ ਸਾਰੇ, ਉਹਨਾਂ ਦਾ ਉਹਨਾਂ ਨੂੰ ਅਸੀਂ ਮਿਲੇ ਸਾਂ, ਉਹਨਾਂ ਦੇ ਤਕਰੀਬਨ ਘਰ ਅਸੀਂ 2 ਘੰਟੇ ਰਹੇ ਹਾਂ। ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਸਾਨੂੰ ਥਾਪੜਾ ਦਿਓ, ਆਸ਼ੀਰਵਾਦ ਦਿਓ, ਸਾਡੀ ਮਦਦ ਕਰੋ। ਉਹਨਾਂ ਨੇ ਬੜੇ ਖੁਸ਼ ਹੋ ਕੇ ਸਾਨੂੰ ਪ੍ਰੈਸ ਵਾਲਿਆਂ ਨੂੰ ਕਿਹਾ ਕਿ ਮੈਂ ਇਹਨਾਂ ਦੇ ਨਾਲ ਹਾਂ, ਤਨ ਮਨ ਅਤੇ ਧਨ ਦੇ ਨਾਲ ਇਹਨਾਂ ਦੀ ਮੇਰੇ ਸਾਥੀ ਸਾਰੇ ਅਸੀਂ ਸਪੋਰਟ ਕਰਾਂਗੇ। ਇਸੇ ਤਰ੍ਹਾਂ ਮੈਂ ਦਾਦੂਵਾਲ ਸਾਹਿਬ ਨੂੰ ਵੀ ਮਿਲਿਆ ਸਾਂ। ਗੱਲ ਸਮਝਣ ਵਾਲੀ ਆ ਸਾਰੀ। ਕੱਲ੍ਹ ਮੈਂ ਬਠਿੰਡੇ ਗਿਆ ਸਾਂ, ਮੈਂ ਦਾਦੂਵਾਲ ਸਾਹਿਬ ਨੂੰ, ਕੋਈ ਇਹ ਵੱਡੀ ਮੀਟਿੰਗ ਨਹੀਂ ਸੀ ਪਰ ਸਾਡੀ ਪ੍ਰਾਈਵੇਟ ਮੀਟਿੰਗ ਸੀ। ਦਾਦੂਵਾਲ ਨੂੰ ਮਿਲਿਆ ਔਰ ਦਾਦੂਵਾਲ ਨੇ ਵੀ ਕਿਹਾ ਕਿ ਜਿਹੜੇ ਕਾਜ ਲਈ ਤੁਸੀਂ ਇਕੱਠੇ ਹੋਏ ਜੋ, ਖੜ੍ਹੇ ਹੋਏ ਜੋ, ਪੰਜਾਬ ਦੇ ਲੋਕ ਜੋ ਚਾਹੁੰਦੇ ਨੇ, ਮੈਂ ਪੰਜਾਬ ਦੇ ਲੋਕਾਂ ਦੇ ਨਾਲ ਹਾਂ ਔਰ ਬਾਦਲਾਂ ਦੇ ਖਿਲਾਫ਼ ਮੈਂ ਡਟ ਕੇ ਤੁਹਾਡਾ ਸਾਥ ਦਊਂਗਾ। ਮੇਰੇ ਜਿੰਨੇ ਵੀ ਥੱਲੇ ਸਾਡੇ ਲੋਕ ਨੇ ਸਾਰੇ ਤੁਹਾਡੇ ਨਾਲ ਆ, ਅਸੀਂ ਤੁਹਾਡੀ ਪੂਰੀ ਤਨ ਮਨ ਧਨ ਦੇ ਨਾਲ ਮਦਦ ਕਰਾਂਗੇ। ਨਹੀਂ, ਜੁਆਇਨ ਤਾਂ ਰਿਲੀਜੀਅਸ ਬੰਦਾ ਵਾ, ਸਾਡੀ ਮਦਦ ਕਰਨਗੇ ਉਹ। ਉਹਨਾਂ ਦਾ ਆ ਗਿਆ, ਉਹ ਟਿਊਬ 'ਤੇ ਵੀ ਆ ਗਿਆ, ਖੁਣੀ ਕਾਹਦੇ 'ਤੇ ਆ ਗਿਆ ਵਾ। ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਤੇ ਮੁੜ ਤੋਂ ਤੁਹਾਨੂੰ ਫਿਰ ਕਈ ਵਾਰਾਂ ਦੇ ਸਵਾਲ ਹੈ ਕਿ ਕੱਲ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਜੋ ਬਿਆਨ ਆਇਆ ਬਖਾਏ, ਮੈਂ ਵੀ ਪਾਰਟੀ ਤੋਂ ਬਾਹਰ ਚਲ ਜਾਵਾਂ ਨਾ, ਬਖਾਏ ਆ ਅਕਾਲੀ ਦਲ। ਤੁਸੀਂ ਵੇਖੋ ਜੀ, ਇਹ ਇਹਨਾਂ ਦੀ ਪੋਜੀਸ਼ਨ ਵੇਖੋ ਕੀ ਆ, ਜਿਨ੍ਹਾਂ ਨੇ ਅਕਾਲੀ ਦਲ ਨੂੰ ਸੱਤਿਆਨਾਸ਼ ਕਰਤਾ। ਮਾਸਟਰ ਤਾਰਾ ਸਿੰਘ 40 ਸਾਲ ਅਕਾਲੀ ਦਲ ਦੇ ਪ੍ਰਧਾਨ ਰਹੇ, ਜਦੋਂ ਉਹਨਾਂ ਕੋਲ ਗਲਤੀ ਕੀਤੀ ਸੰਤ ਫਤਿਹ ਸਿੰਘ ਆਇਆ ਨਹੀਂ, ਜਦੋਂ ਸੰਤ ਫਤਿਹ ਸਿੰਘ ਨੇ ਗਲਤੀ ਕੀਤੀ ਆ ਅਤੇ ਦੂਸਰੇ ਆਏ ਨਹੀਂ ਮੁੜ ਕੇ, ਜੇ ਉਹਨਾਂ ਨੇ ਗਲਤੀ ਕੀਤੀ ਆ 3-4-5 ਵਾਰਾਂ ਇਹ ਸਭ ਕੁਛ ਅਦਲਾ ਬਦਲੀ ਅਕਾਲੀ ਦਲ 'ਚ ਹੋਈ ਨਹੀਂ, ਹੋਈ ਆ ਤੁਹਾਡੇ ਸਾਹਮਣੇ ਆ। ਇਹ ਕੋਈ ਮੈਂ ਥੋੜ੍ਹਾ ਕਹਿੰਦਾ, ਇਹ ਤਾਂ ਤੁਹਾਡੇ ਸਾਹਮਣੇ ਗੱਲਾਂ ਦੀ ਸਭ ਕਰਦਾ ਹੋਈਆਂ, ਇਹ ਬਾਦਲ ਸਾਹਿਬ ਕਿਤਨਾ ਕਹਿੰਦੇ ਆ, ਬਿਲਕੁਲ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ, ਉਹਨਾਂ ਨੇ ਸੱਤਿਆਨਾਸ਼ ਅਕਾਲੀ ਦਲ ਦਾ ਕਰਤਾ। ਲੋਕ ਸਾਡੇ ਅਕਾਲੀ ਦਲ ਨੂੰ ਅਸਲ ਅਕਾਲੀ ਦਲ ਸਮਝਣ ਲੱਗ ਪਏ। ਮੈਂ ਤੁਹਾਨੂੰ ਬੇਨਤੀ ਕਰਦਾ ਮੀਡੀਆ ਵਾਲਿਆਂ ਨੂੰ, ਤੁਸੀਂ ਵੀ ਸਮਾਜ ਦੇ ਵਿੱਚ ਪੰਜਾਬ 'ਚ ਰਹਿੰਦੇ ਜੋ, ਅਸੀਂ ਤੁਹਾਡੇ ਤੋਂ ਇਨਸਾਫ਼ ਮੰਗਦੇ ਹਾਂ। ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਵੱਧ ਘੱਟ ਕਰਦੇ ਹੋ, ਤੁਹਾਨੂੰ ਵੀ ਪਤਾ ਵੀ ਜਿਸ ਕਾਜ ਨੇ ਅਸੀਂ ਖੜ੍ਹੇ ਹੋਏ ਹਾਂ, ਕਿੰਨਾ ਚਿਰ ਦੇ ਲੋਕ ਸਫੋਕੇਸ਼ਨ ਦੇ ਵਿੱਚ ਸੀ, ਅੰਦਰ ਬਹਿ ਕੇ ਗੱਲਾਂ ਕਰਦੇ, ਬਾਹਰ ਨਿਕਲਦਾ ਨਹੀਂ। ਤੁਹਾਨੂੰ ਥਾਪੜਾ ਦੇਣਾ ਚਾਹੀਦਾ ਸਭ ਲੋਕਾਂ ਨੂੰ, ਸਾਨੂੰ ਵੀ ਤਕੜੇ ਹੋ ਕੇ ਮਰਦਾਂ ਵਰਗ ਤੁਸੀਂ ਖਲੋ ਕੇ ਕੋਈ ਗੱਲ ਕੀਤੀ ਹੈ। ਬੇਨਤੀ ਹੈ ਜੀ, ਤੁਸੀਂ ਹੁਣੇ ਹੀ ਗੱਲ ਇਹ ਕੀਤੀ ਆ ਵੀ ਬਾਦਲ ਸਾਹਿਬ ਇਹ ਕਹਿ ਰਹੇ ਆ, ਉਹ ਕਹਿ ਰਹੇ ਆ, ਗੱਲ ਬੜੀ ਸਪਸ਼ਟ ਆ ਕਿ ਬਾਦਲ ਸਾਹਿਬ ਨੇ ਜੋ ਕੀਤਾ ਹੁਣ ਤੱਕ, ਪਹਿਲੀ ਗੱਲ ਤਾਂ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸੂਲ ਸਿਧਾਂਤਾਂ ਨੂੰ ਉਹਨਾਂ ਨੇ ਛਿੱਕੇ 'ਤੇ ਟੰਗ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ 3 ਸਾਲ ਤੋਂ ਵੱਧ ਨਹੀਂ ਰਹਿ ਸਕਦਾ, ਅਤੇ ਜੇ ਰਹਿਣਾ ਤਾਂ 2 ਟਰਮਾਂ ਰਹਿਣਾ ਵਾ, ਫਿਰ ਉਹਨੂੰ 1 ਸਾਲ ਲਈ ਗੈਪ ਪਾਉਣਾ ਪੈਂਦਾ। ਤੁਸੀਂ ਮੈਨੂੰ ਦੱਸੋ ਵੀ ਅੱਜ 32 ਸਾਲ ਹੋ ਗਏ ਉਹਨਾਂ ਨੂੰ ਪ੍ਰਧਾਨਗੀ ਸੰਭਾਲਿਆਂ ਨੂੰ, ਅਤੇ ਇਹਦੇ ਵਿੱਚ ਹੋਇਆ ਕੀ ਆ?
ਅੱਜ ਤੁਸੀਂ ਮੈਨੂੰ ਸਾਰੇ ਕਦੇ ਬਾਦਲ ਸਾਹਿਬ ਨੂੰ ਇਹ ਵੀ ਤਾਂ ਪੁੱਛਿਆ ਕਰੋ ਤੁਸੀਂ ਮੀਡੀਆ ਵਾਲੇ ਵੀ ਤੁਹਾਡਾ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿੱਥੇ ਆ, ਤੁਹਾਡੇ ਪੰਜਾਬੀ ਬੋਲਦੇ ਇਲਾਕੇ ਕਿੱਥੇ ਆ? ਅੱਜ ਤੱਕ ਜੋ ਵੀ ਸੰਵੇਦਨਸ਼ੀਲ ਸਾਡੇ ਹੈਗੇ ਸੀ ਮੁੱਦੇ, ਅੱਜ ਤੱਕ ਕਦੇ ਉਹਨਾਂ ਨੇ ਛੇੜਿਆ? ਆਹ ਤੁਹਾਡੇ ਸਾਹਮਣੇ ਅਜੇ ਹੁਣ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇੱਥੇ ਆਇਆ ਅਤੇ ਸੁਖਬੀਰ ਨੇ ਪ੍ਰਧਾਨ ਮੰਤਰੀ ਦੇ ਜੁਮਲਿਆਂ ਦੇ ਸੋਹਲੇ ਗਾਏ, ਇੱਕ ਸ਼ਬਦ ਉਹਨੇ ਪੰਜਾਬ ਦੇ ਸੰਵੇਦਨਸ਼ੀਲ ਜਿਹੜਾ ਆ ਉਹਨੂੰ ਮੁੱਦੇ ਨੂੰ ਨਹੀਂ ਛੋਇਆ ਛੋਇਆ ਕਦੇ ਤੁਸੀਂ ਇਹਨਾਂ ਨੂੰ ਇਹ ਗੱਲਾਂ ਪੁੱਛਿਆ ਕਰੋ? ਇਹ ਵੀ ਪੁੱਛੋ, ਹੁਣ ਤੁਸੀਂ ਕਹਿ ਰਹੇ ਜੇ ਵੀ ਅਸੀਂ ਜਿਹੜਾ ਇਕੱਠ, ਤੁਹਾਨੂੰ ਦੱਸੋ ਪਰੰਪਰਾ ਸਾਹਿਬ ਨੇ ਦੱਸਿਆ ਵੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਜ਼ਾਰਾਂ ਦਾ ਇਕੱਠ, ਚੋਲੇ ਸਾਹਿਬ ਹਜ਼ਾਰਾਂ ਦਾ ਇਕੱਠ, ਅਸੀਂ ਫਾਜ਼ਿਲਕਾ ਬੋਰ ਗਏ ਹਾਂ ਉੱਥੇ ਹਜ਼ਾਰਾਂ ਦਾ ਇਕੱਠ। ਮੇਰਾ ਭਾਵ ਕਹਿਣ ਤੋਂ ਕਿ ਲੋਕ ਜਿਹੜੇ ਆ ਉਹ ਕਹਿੰਦੇ ਜੀ ਇਹਨਾਂ ਨਾਲ ਲੋਕ ਹੈ ਨੀ, ਬਾਦਲ ਨਾਲ ਲੋਕ ਹੋ ਗਏ, ਲੀਡਰ ਹੈਗੇ ਆ ਲੋਕ ਹੈ ਨੀ, ਤੇ ਲੀਡਰ ਵੀ ਅਜੇ ਸਮਾਂ ਆਊਗਾ ਨਾ ਜਦੋਂ ਤੁਹਾਡੇ ਸਾਹਮਣੇ ਲਾਈਨਾਂ ਲਾ ਕੇ ਖਲੋ ਜਾਣਗੇ। ਮੈਂ ਇੱਕ ਬੇਨਤੀ ਕਰਨੀ ਆ, 2020 'ਚ 100 ਸਾਲ ਹੋ ਜਾਣਾ ਅਕਾਲੀ ਦਲ ਬਣਿਆ, ਹੁਣ ਤੱਕ ਜਿੰਨੇ ਵੀ ਅਕਾਲੀ ਦਲ ਦੇ ਪ੍ਰਧਾਨ ਬਣੇ ਬਾਦਲ ਤੋਂ ਪਹਿਲਾਂ, ਉਹ ਆਪਣੀਆਂ ਜਾਇਦਾਦਾਂ ਵੇਚ ਕੇ ਸਾਰਾ ਕੁਛ ਅਕਾਲੀ ਦਲ 'ਤੇ ਲਾ ਗਿਆ। ਇਹ ਪਹਿਲਾ ਪ੍ਰਧਾਨ ਆ ਜਿਹੜਾ ਅਰਬਾਂਪਤੀ ਬਣ ਕੇ ਚੱਲਿਆ, ਉਹਨੇ ਨੇ ਵਾਪਸ ਨਹੀਂ ਆਉਣਾ, ਇਹ ਚਲਾ ਗਿਆ ਲੋਕਾਂ 'ਚੋਂ। ਜਿਹੜਾ ਲੋਕਾਂ 'ਚੋਂ ਬੰਦਾ ਪੋਲੀਟੀਕਲ ਬੰਦਾ ਚਲਾ ਜਾਇਆ ਉਹਦੇ ਬਾਰੇ ਕੁਛ ਨਹੀਂ ਸੋਚਣਾ ਚਾਹੀਦਾ, ਇਹਨੇ ਵਾਪਸ ਨਹੀਂ ਆਉਣਾ। ਪਰ ਵਾਪਸ ਜਾਣ ਤੋਂ ਪਹਿਲਾਂ ਇਹ ਅਰਬਾਂਪਤੀ ਬਣ ਕੇ ਚੱਲਿਆ, ਅਤੇ ਕਿੱਥੋਂ ਅਰਬਾਂਪਤੀ ਬਣਿਆ? ਪੰਜਾਬ ਨੂੰ ਲੁੱਟਿਆ ਅਤੇ ਬਣਿਆ। ਅਬ ਇਹ ਜਿਹੜੇ ਮੁੰਡੇ ਨੇ ਦੋ ਅੱਗੇ ਲਾਏ ਨੇ ਇਹ ਲੁਟੇਰੇ ਆ ਯਾਰ, ਤੁਸੀਂ ਹਰ ਇੱਕ ਚੀਜ਼ ਸਮਝਦੇ ਹੋ, ਵੇਖਦੇ ਹੋ, ਫਿਰ ਤੁਸੀਂ ਚੁੱਪ ਕਰ ਜਾਂਦੇ ਹੋ? ਭਾਈ ਲੁਟੇਰਿਆਂ ਦੇ ਖਿਲਾਫ਼ ਬੋਲਦੇ, ਲੁਟੇਰਿਆਂ ਦੇ ਖਿਲਾਫ਼ ਤਾਂ ਬੋਲਿਆ ਕਰੋ। ਨਹੀਂ ਨਾ ਤਾਂ ਬ੍ਰਹਮਪੁਰਾ ਜੀ ਨੇ ਤਾਂ ਬੜੇ ਵਿਸਥਾਰ ਨਾਲ ਤੁਹਾਨੂੰ ਦੱਸਤਾ ਵੀ ਸ਼੍ਰੋਮਣੀ ਕਮੇਟੀ ਦਾ ਇਹਨਾਂ ਨੇ ਰਾਸ਼ਟਰੀਕਰਨ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੀ ਜਿਹੜੀ ਗੋਲ ਕਿਆ ਉਹਦਾ ਮੂੰਹ ਗਰੀਬ ਦੇ ਮੂੰਹ ਵੱਲ ਹੁੰਦਾ, ਪਰ ਅੱਜ ਕੱਲ੍ਹ ਇਹ ਬਾਦਲ ਦੇ ਮੂੰਹ ਵੱਲ ਹੈ। ਸ਼੍ਰੋਮਣੀ ਕਮੇਟੀ ਕਿੱਥੇ ਰਹੀ ਹੈ? ਅਸੂਲ ਸਿਧਾਂਤ ਸਾਰੇ ਸਿੱਕੇ 'ਤੇ ਟੰਗੇ ਗਏ। ਬਾਈਬਲ ਕਲਾਂ ਕੀ ਹੋਇਆ ਵੀ ਤੁਹਾਡੇ ਬ੍ਰਹਮਪੁਰਾ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਜੋ ਉੱਥੇ ਸਾਰਾ ਕਾਂਡ ਹੋਇਆ ਜੋ ਕੁਛ ਤੁਹਾਡੇ ਸਾਹਮਣੇ, ਅਤੇ ਅੱਜ ਵੀ ਜੇ ਆਪਾਂ ਇਹ ਕਹਿੰਦੇ ਹਾਂ ਪੰਜਾਬ ਛੱਡ ਕੇ ਸੁਖਬੀਰ ਬਾਦਲ ਅਤੇ ਜਿਹੜਾ ਮਜੀਠਾ ਵਾ, ਇਹ ਕਈਆਂ ਦਿਨਾਂ ਤੋਂ ਇਹਨਾਂ ਨੇ ਆਣ ਕੇ ਸਾਡੇ ਅੰਮ੍ਰਿਤਸਰ ਡੇਰਾ ਲਾਇਆ। ਇਹ ਦਿਨੇ ਵੀ ਜਾਂਦੇ ਲੋਕਾਂ ਦੇ ਘਰਾਂ ਦੇ ਵਿੱਚ, ਰਾਤ ਨੂੰ ਜ਼ਿਆਦਾ ਜਾਂਦੇ ਆ, ਭੰਨ ਤੋੜ ਕਰਦੇ ਆ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਜਿਹੜੇ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਜੇ ਫਰਕ ਨਹੀਂ ਪੈਂਦਾ ਤੇ ਇੰਨੇ ਉਤਾਵਲੇ ਤੇ ਇੰਨੀ ਠੰਡ ਦੇ ਵਿੱਚ ਰਾਤ ਨੂੰ ਤੁਰੇ ਕਿਉਂ ਫਿਰਦੇ ਲੋਕਾਂ ਦੇ ਘਰਾਂ ਦੇ ਵਿੱਚ? ਉਹ ਕਹਿੰਦੇ ਜੀ ਕਾਂਗਰਸ ਦੀ ਧੱਕੇਸ਼ਾਹੀ ਦੇ ਖਿਲਾਫ ਅਸੀਂ ਜਾ ਰਹੇ ਹਾਂ। ਅੱਛਾ, ਨਹੀਂ ਕਰਨਾ ਫਿਰ ਗੱਲਾਂ ਤਾਂ ਸਾਡੀਆਂ ਕਰਦੇ ਕਰਨ। ਗੱਲ ਬੜੀ ਵਧੀਆ ਨਾ ਕੀਤੀ ਆ ਬ੍ਰਹਮਪੁਰਾ ਜੀ ਨੇ। ਉਹ ਕਹਿ ਰਹੇ ਕਿ ਕਾਂਗਰਸ ਨੇ ਜਿਹੜੀ ਧੱਕੇਸ਼ਾਹੀ ਕੀਤੀ ਉਹਦੇ ਖਿਲਾਫ ਅਸੀਂ ਹਲਕੇ ਹਲਕੇ ਜਾ ਰਹੇ ਹਾਂ। ਉਹ ਜੀ ਮਾਫ਼ ਕਰਨਾ, ਜੋ ਮਰਜ਼ੀ ਕਹਿਣ, ਪਰ ਤਤ ਵੇਖਣਾ ਤਾਂ ਤੋਹਾਂ ਆਇਆ ਹੈ ਵੀ ਅਸਲੀ ਗੱਲ ਕੀ ਆ। ਮੀਡੀਆ ਨੇ ਵੇਖਣਾ, ਤਾਂ ਹੀ ਮੀਡੀਆ ਨੂੰ ਸੱਦੀਦਾ ਨਾ ਬਈ, ਸਾਨੂੰ ਗਰੀਬ ਬੰਦਾ ਤਾਂ ਹੀ ਸੱਦਦਾ, ਜਾਂ ਲੋੜਵੰਦ ਤਾਂ ਹੀ ਸਾਡਾ ਵੀ ਸਾਡੀ ਗੱਲ ਲੋਕਾਂ 'ਚ ਜਾਵੇ ਅਤੇ ਲੋਕਾਂ ਦੇ ਵਿੱਚ ਜਾਵੇ ਅਤੇ ਲੋਕ ਜਿਹੜਾ ਇਹਦਾ ਕਹਿ ਰਹੇ ਨੇ ਉਹ ਕਹਿੰਦੇ ਜੀ ਕਾਂਗਰਸ ਦੀ ਧੱਕੇਸ਼ਾਹੀ ਦੇ ਖਿਲਾਫ਼ ਅਸੀਂ ਹਰ ਹਲਕੇ 'ਚ ਜਾ ਰਹੇ ਹਾਂ। ਮੇਰੀ ਗੱਲ ਸੁਣੋ ਸਾਧ ਦੀ ਜਦੋਂ ਇਹਨਾਂ ਮਾਫ਼ੀ ਕੀਤੀ ਆ, ਬਕਾਇਦਾ ਇਸ਼ਤਿਹਾਰ ਦਿੱਤੇ ਗਏ ਨੇ ਆਪਣੇ ਅਖਬਾਰਾਂ 'ਚ, ਉਹਦੇ 'ਚ 92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦਾ ਲਵਾਇਆ ਇਹਨੇ। ਯਾਰ ਤੁਸੀਂ ਸੋਚਦੇ ਕਿਉਂ ਨਹੀਂ ਇਹ ਗੱਲਾਂ ਵੀ ਜਿਹਨੇ 92 ਲੱਖ ਕਮੇਟੀ ਦਾ ਪੈਸਾ ਸਾਧ ਨੂੰ ਬਚਾਉਣ ਲਈ ਲਾ ਦਿੱਤਾ ਅਤੇ ਉਹ ਸਿੱਖ ਹੋ ਸਕਦਾ ਜੀ? ਉਹ ਸਿੱਖ ਹੋ ਸਕਦਾ ਜੀ? ਉਹ ਪ੍ਰਧਾਨ ਹੋ ਸਕਦਾ ਅਕਾਲੀ ਦਲ ਦਾ? ਤੁਹਾਡੇ ਮੁਤਾਬਕ ਜਿਹੜੇ ਪੰਥਕ ਸੋਚ ਵਾਲੇ ਲੋਕ ਨੇ ਉਹ ਹੁਣ ਇਹਨਾਂ ਨੂੰ ਨਕਾਰ ਰਹੇ, ਇਸੇ ਕਾਰਨ ਪਿੰਡ ਮਹੱਲਾ ਮਹੱਲਾ ਵਿਧਾਨ ਸਭਾ ਹਲਕੇ ਘੁੰਮ ਰਹੇ? ਬਿਲਕੁਲ, ਪਰ ਜਿੱਦਾਂ ਮਰਜ਼ੀ ਇਹ ਫਿਰ ਲਵੇ, ਇਹਨੂੰ ਵੋਟ ਨਹੀਂ ਕਿਸੇ ਨੇ ਪਾਣੀ ਪੰਜਾਬ ਦੇ ਲੋਕਾਂ ਨੇ, ਭਾਵੇਂ ਲੋਕਾਂ ਦੇ ਘਰ ਜਾ ਕੇ ਜੋ ਮਰਜ਼ੀ ਇਹ ਕਰੇ, ਵੋਟ ਨਹੀਂ ਇਹਨੂੰ ਪੈ ਰਹੀ। ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੁਰਵਰਤੋਂ ਹੋਈ ਹੈ, ਕੀ ਆ ਮਤਲਬ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਲੈ ਕੇ ਇਹਨਾਂ ਖਿਲਾਫ਼ ਲੈ ਕੇ ਜਾਓਗੇ? ਅਸੀਂ ਲੋਕਾਂ 'ਚ ਜਾਵਾਂਗੇ, ਜਿਹੜਾ ਕਮਿਸ਼ਨ ਤਾਂ ਇਹਨਾਂ ਦਾ ਹੀ ਆ, ਉਹ ਤਾਂ ਇਹਨਾਂ 'ਚੋਂ ਬਣਦਾ ਵਾ, ਇਹ ਆਪ ਨਾ ਭੇਜਦੇ, ਸ਼੍ਰੋਮਣੀ ਕਮੇਟੀ ਨਾ ਭੇਜਦੀ ਆ, ਉਹ ਜੱਜ ਬਣਦੇ ਆ। ਉਹ ਤਾਂ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਉਹ ਵੀ ਉੱਥੇ ਵੀ ਉਹਨਾਂ ਦਾ ਕਬਜ਼ਾ ਹੈ, ਉੱਥੇ ਕਬਜ਼ਾ, ਉੱਥੇ ਵੀ ਇਹਨਾਂ ਦਾ ਕਬਜ਼ਾ। ਪਰ ਇੱਕ ਗੱਲ ਤਾਂ ਸਮਝ ਲਓ ਵੀ ਇਹ ਜੋ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿੱਦਣ ਦਾ ਉੱਠਿਆ, ਅੱਜ ਸੱਦਾ ਜੀ ਹਾਲਾਤ ਉਹਨਾਂ ਦੀ ਇਹ ਹੋ ਗਈ ਆ ਵੀ ਜੇ ਇਹਨਾਂ ਦੇ ਉੱਥੇ ਜਾ ਕੇ ਮੀਟਿੰਗ ਕੀਤੀ ਆ, ਅੱਗੇ ਤਾਂ ਖੁੱਲ੍ਹੇ ਥਾਵਾਂ 'ਚ ਕਰਦੇ,
ਹੁਣ ਤੇ ਪੈਲਸਾਂ ਚ ਨਿੱਕੇ ਨਿੱਕੇ ਘਰਾਂ ਚ ਜਾ ਵੜੇ ਆ, ਇੰਨੀਆਂ ਇੰਨੀਆਂ ਮੀਟਿੰਗਾਂ ਕਰਨ ਲੱਗ ਪਏ ਆ। ਤੁਸੀਂ ਵੇਖ ਲਓ ਵੀ ਹੁਣ ਲੋਕ ਉਹਨਾਂ ਨਾਲ ਆ ਕੇ ਸਾਡੇ ਨਾਲ ਆ। ਹਾਂਜੀ ਕਾਰਜਕਰਤਾ ਦੀ ਮੀਟਿੰਗ ਹੈਗੀ ਹੈ ਜੀ, ਕਹਿੰਦੇ ਸੀ ਇਸ ਕਰਕੇ ਪੈਲਸ ਕੀਤਾ। ਚਲੋ ਕੋਈ ਨਹੀਂ, ਵੱਡੀਆਂ ਵੀ ਹੋਣੀਆਂ ਮੁਕਾਬਲੇ ਤੇ, ਅਸੀਂ ਵੀ ਕਰਾਂਗੇ, ਉਹ ਵੀ ਕਰਨਗੇ, ਤੁਹਾਨੂੰ ਲੱਗ ਜੂਗਾ। ਮੈਂਬਰ ਸਾਹਿਬ ਮੈਂਬਰਸ਼ਿਪ ਡਰਾਈਵ ਕਦੋਂ ਤੋਂ ਸ਼ੁਰੂ ਕਰ ਰਹੇ ਹੋ ਆਪਣੇ ਪਾਰਟੀ ਦੇ ਜਿਹੜੇ? ਇਹ ਤਾਂ ਜੀ ਸਾਡਾ ਕੱਲ੍ਹ ਅਸੀਂ ਪਤਾ ਕੀਤਾ ਸੀ, ਮੈਂ ਉਹ ਯਾਰ ਪ੍ਰਿੰਸੀਪਲ ਸੈਕਟਰੀ ਆ ਆਪਣੇ ਦਿੱਲੀ ਚੋਣ ਕਮਿਸ਼ਨ ਦਾ, ਉਹਦੇ ਨਾਲ ਗੱਲਬਾਤ ਕੀਤੀ ਸੀ ਕੋਈ ਥੋੜ੍ਹਿਆਂ ਦਿਨਾਂ ਤੱਕ ਸਾਡੀ ਪਾਰਟੀ ਦੀ ਜਿਹੜੀ ਆ ਉਹ ਸਾਨੂੰ ਅਪਰੂਵਲ ਮਿਲ ਜਾਣੀ ਆ, ਔਰ ਜਦੋਂ ਅਪਰੂਵਲ ਮਿਲ ਗਈ ਉਦੋਂ ਬਾਅਦ ਮੁੜ ਕੇ ਸਾਨੂੰ ਨਿਸ਼ਾਨ ਲਾਟ ਹੋ ਜਾਣਾ। ਇੱਕ ਮਹੀਨਾ ਤਾਂ ਸ਼ਾਇਦ ਲੱਗ ਹੀ ਜਾਊ ਇਸ ਗੱਲ 'ਤੇ। ਅੱਛਾ, ਉਸ ਤੋਂ ਬਾਅਦ ਫਿਰ ਅਸੀਂ ਇਹ ਸਾਰਾ ਕੰਮ ਆਪਣਾ ਜਿਹੜਾ ਸ਼ੁਰੂ ਕਰਾਂਗੇ, ਸਾਰਾ ਆਪਣਾ ਜਿਹੜਾ ਟਾਂਚਾ ਵਾ। ਅਸੀਂ ਹੁਣ ਬਠਿੰਡੇ ਦੇ ਵਿੱਚ ਰਹੇ ਹਾਂ, ਫਾਜ਼ਿਲਕੇ ਵੀ ਗਏ ਹਾਂ, ਹੋਰ ਥਾਵਾਂ 'ਤੇ ਵੀ ਗਏ ਹਾਂ, ਕੱਲ੍ਹ ਉੱਥੇ ਵੀ ਗਏ ਹਾਂ, ਬਹੁਤ ਥਾਵਾਂ 'ਤੇ ਗਏ। ਸਾਨੂੰ ਤਾਂ ਕਿਤੇ ਇਹਨਾਂ ਦੀ ਕੋਈ ਹਰ ਸਿਮਰਤ ਦੀ ਅਤੇ ਇਹਨਾਂ ਦੀ ਕੋਈ ਜਿਹੜੇ ਬਾਦਲਾਂ ਦਾ ਇੰਨਾ ਨਾਂ ਵਾ ਕੋਈ ਉੱਥੇ ਇਹਨਾਂ ਦੀ ਐਡੀ ਵੱਡੀ ਗੱਲ ਹੋਵੇ? ਲੋਕ ਸਭਾ ਚਾਰ ਦਿਨ ਹੋਏ ਆਣ ਕੇ ਇੱਥੇ ਬੈਠਾ। ਲੋਕ ਸਭਾ ਚੋਣਾਂ ਜੇ ਤੁਸੀਂ ਇਲੈਕਸ਼ਨ ਲੜੋਗੇ? ਮਹਾਂਗਠਜੋੜ ਸਾਨੂੰ ਕਿਉਂ ਖੜਾ ਕਰੇਗਾ? ਸਾਡੀ ਆਪਣੀ ਪਾਰਟੀ ਆ, ਅਸੀਂ ਤੇ ਸਲਾਹ ਦੇ ਨਾਲ ਸਭ ਕੁਝ ਕਰਨਾ। ਬਦੋਬਦੀ ਤੇ ਕਿਸੇ ਨੇ ਜਿਹੜੇ ਸੂਟੇਬਲ ਕੈਂਡੀਡੇਟ ਹੋਣਗੇ ਉਹ ਅਸੀਂ ਮਹਾਂਗਠਜੋੜ ਦੇ ਵਿੱਚ ਹਿੱਤ ਕਰਾਂਗੇ, ਫਲਾਨਾ ਫਲਾਨਾ ਫਲਾਨਾ, ਉਹਨਾਂ ਦੀ ਅਸੀਂ ਸਾਰੇ ਰਲ ਕੇ ਮਤਲਬ ਆਪਣੇ ਹਲਕੇ ਤੁਹਾਡੀ ਜ਼ਿਆਦਾ ਹੀ ਵਜੂਦ ਆ ਦੂਜੇ ਕਿਸੇ ਨਾਲ। ਹਾਂਜੀ, ਇਹਨਾਂ ਦਾ ਤਾਂ ਵੇਖੋ ਗੱਲ ਇੱਕ ਬੜੀ ਸਪਸ਼ਟ ਆ ਕਿ ਇਹ ਤਿੰਨੇ ਬਹੁਤ ਸਾਡੇ ਦਿੱਗ ਲੀਡਰ ਜਿਹੜੇ ਨੇ, ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਲੜਾਉਣੀਆਂ ਨੇ, ਅਤੇ ਇਹ ਜਿਹੜੀਆਂ ਸੀਟਾਂ ਮਹਾਂਗਠਜੋੜ ਦੇ ਵਿੱਚ ਇਹਨਾਂ ਨੂੰ ਮਿਲਣਗੀਆਂ, ਇਹ ਆਪਣੇ ਥੱਲੇ ਕੈਂਡੀਡੇਟ ਖੜੇ ਕਰਨ। ਕੀ ਦੇਖ ਰਹੇ ਹੋ ਪਟਿਆਲਾ ਟੀਵੀ? ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।